ਪਟਿਆਲਾ ਗੁਰੂ ਦੀ ਪੁਲਿਸ ਨੂੰ 5 ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਕੇ ਮਿਲੀ ਵੱਡੀ ਕਾਮਯਾਬੀ। ਵੱਖ-ਵੱਖ 5 ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਜੰਡਿਆਲਾ ਗੁਰੂ ਦੇ SHO ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ SSP ਚਰਨਜੀਤ ਸਿੰਘ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਭਗੌੜੇ ਦੋਸ਼ੀਆਂ ਨੂੰ ਫੜਨ ਅਤੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਜੰਡਿਆਲਾ ਗੁਰੂ ਵਿਖੇ ਦਰਜ 5 ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। SHO ਨੇ ਦੱਸਿਆ ਕਿ ਮੁਹੱਲਾ ਸ਼ੇਖੂਪੁਰਾ ਵਿੱਚ ਬੁਟੀਕ ਦੀ ਦੁਕਾਨ ਕਰਦੀ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ ਵਾਲੇ ਦੋਸ਼ੀ ਕੁਲਦੀਪ ਮਸੀਹ ਨਵਾਂ ਪਿੰਡ ਚੌਂਕੀ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਚੋਰਾਂ ਦੇ ਗੈਂਗ ਨੂੰ ਫੜ ਕੇ ਸਫਲਤਾ ਹਾਸਲ ਕੀਤੀ। ਤਾਰਟ ਸਾਈਡ ਤੇ ਟ੍ਰਾਂਸਫਾਰਮ ਤਾਰਾ ਚੋਰੀ ਕਰਨ ਵਾਲੇ ਡਰੱਗ ਦੇ ਕੇਸ ਵਿੱਚ 25 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਪਿੰਡ ਨੰਗਲ ਗੁਰੂ ਵਿਖੇ ਘਰੇਲੂ ਝਗੜੇ ਵਿੱਚ ਇੱਕ ਧਿਰ ਵੱਲੋਂ ਗੋਲੀਆਂ ਚਲਾਉਣ ਵਾਲੇ 8 ਦੋਸ਼ੀਆਂ ਵਿੱਚੋਂ 4 ਦੋਸ਼ੀਆਂ ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾਂ ਸਾਰਿਆਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਕ੍ਰਾਈਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੰਡਿਆਲਾ ਗੁਰੂ ਤੋਂ KTV ਪੰਜਾਬ ਲਈ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਸਾਡੇ ਮਾਨਯੋਗ SSP ਸਾਹਿਬ ਵੱਲੋਂ ਅਤੇ ਸੀਨੀਅਰ ਅਫਸਰਾਂ ਨੂੰ ਮਿਲੀਆਂ ਹਦਾਇਤਾਂ ਮੁਤਾਬਕ ਇੱਕ ਤਾਂ ਜਿਹੜੇ ਹੀਨੀਅਸ ਕ੍ਰਾਈਮ 'ਚ ਭਗੌੜੇ ਦੋਸ਼ੀ ਆ ਉਹ ਮੁਹਿੰਮ ਚੱਲ ਰਹੀ ਸੀ ਉਹ ਫੜੇ ਨੇ, ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜ੍ਹਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸੀ ਆ, ਉਹਨੇ ਆਪਣੀ ਘਰਵਾਲੀ ਨੂੰ ਆਪਣੇ ਵੱਲੋਂ ਮਾਰ ਕੇ ਸੁੱਟ ਗਏ ਅੰਦਰ, ਪਰ ਉਹਦੀ ਜਾਨ ਬਚ ਗਈ। ਉਹ 307 ਦੇ ਪਰਚੇ 'ਚ ਫੜਿਆ ਜੀ ਡੇਰਾ ਬਾਬਾ ਨਾਨਕ ਸਾਹਿਬ ਤੋਂ। ਦੂਸਰਾ 2 ਚੋਰਾਂ ਦੇ ਗੈਂਗ ਫੜੇ ਆ ਜੀ, ਇੱਕ ਮੱਝਾਂ ਚੋਰੀ ਕਰਨ ਵਾਲਾ ਗੈਂਗ ਸਾਡੇ ਨਵਾਂ ਪਿੰਡ ਚੌਂਕੀ ਇੰਚਾਰਜ ਰਸ਼ਪਾਲ ਜੀ ਨੇ ਫੜਿਆ। ਉਹ ਮੱਝਾਂ ਬਰਾਮਦ ਕਰਕੇ ਅਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸਪੁੱਤ ਕਰ ਦਿੱਤੀਆਂ ਗਈਆਂ, ਉਹ ਦੋਸ਼ੀ ਅਰੈਸਟ ਨੇ। ਇਸ ਤੋਂ ਇਲਾਵਾ ਇੱਧਰ ਧਾਰੜ ਸਾਈਡ ਆ ਪਿੰਡਾਂ ਦੇ ਵਿੱਚ ਤਾਰਾਂ ਅਤੇ ਟ੍ਰਾਂਸਫਾਰਮਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਮੁਲਜ਼ਮ ਫੜੇ ਆ। ਉਹ ਅੱਗੇ ਜਿਹੜੇ ਕੁਵਾੜੀਏ ਨੂੰ ਸਮਾਨ ਵੇਚਦੇ ਸੀ ਉਹ ਕੁਵਾੜੀਆ ਵੀ ਅਰੈਸਟ ਕੀਤਾ ਅਤੇ ਸਮਾਨ ਦੀ ਬਰਾਮਦਗੀ ਹੋਈ ਆ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ, ਜਿਹੜਾ ਡਰੱਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਆ। ਇੱਥੇ ਇੱਕ ਗਗਨਦੀਪ ਗੱਗੀ ਕਾਫੀ ਉਹ ਨਾਮ ਸੀਗਾ, ਉਹਦੇ ਕੋਲ ਹੈਰੋਇਨ ਬਰਾਮਦ ਕੀਤੀ ਆ, ਉਹਦੀ ਵੀ ਅਰੈਸਟ ਪਾਈ ਆ ਜੀ। ਅਤੇ ਥੋੜ੍ਹੇ ਦਿਨ ਪਹਿਲਾਂ 3 ਦਿਨ ਪਹਿਲਾਂ ਹੀ ਨੰਗਲ ਗੁਰੂ ਵੀ ਇੱਕ ਘਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ, ਉਹ ਗੋਲੀਆਂ ਚਲਾ ਕੇ ਭੱਜ ਗਏ ਸੀ, ਉਹ 'ਚ ਜ਼ਖਮੀ ਹੋਏ 3 ਬੰਦੇ। 8 ਬੰਦਿਆਂ ਦੇ FIR ਦਰਜ ਕੀਤੀ ਸੀ, ਜਿਨ੍ਹਾਂ 'ਚੋਂ 4 ਬੰਦੇ ਉਹਨਾਂ 'ਚ ਅਰੈਸਟ ਹੋ ਚੁੱਕੇ ਨੇ। ਮੁੱਢਲੀ ਤਫਤੀਸ਼ ਜਿਹੜੇ ਡਰੱਗ ਵਿਕਰੇਤਾ ਜੀ ਉਹ ਡਰੱਗ 'ਤੇ ਬਿਲਕੁਲ ਸਖਤੀ ਨਾਲ, ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਹੀ ਖਤਮ ਕਰਾਂਗੇ ਕਿਸੇ ਤਰ੍ਹਾਂ ਦਾ ਵੀ ਆ। ਜਿਹੜੇ ਆ ਗੁੰਡਾਗਰਦੀ ਜਾਂ ਗੋਲੀਆਂ ਚਲਾਉਂਦੇ ਜੀ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ, ਇੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜੀ। ਉਹਦਾ ਮਾਮਲਾ ਦਰਜ ਕਰਕੇ ਜੀ ਜਿੱਥੇ ਤਾਰਾਂ ਇਹਨਾਂ ਵੇਚੀਆਂ ਉਹ ਤਾਰਾਂ ਵੀ ਬਰਾਮਦ ਕੀਤੀਆਂ, ਉਸ ਕੁਵਾੜੀਏ ਨੂੰ ਵਿੱਚ ਐਡ ਕੀਤਾ, ਸ਼ਾਮਿਲ ਕੀਤਾ ਜੀ। ਇਹੋ ਜਿਹੀਆਂ ਚੋਰੀਆਂ ਅਤੇ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਖਤੀ ਨਾਲ ਜੰਡਿਆਲਾ ਪੁਲਿਸ ਨਜਿੱਠੇਗੀ ਜੀ ਤੁਹਾਡੇ ਪਬਲਿਕ ਦੇ ਸਹਿਯੋਗ। ਪਹਿਲਾਂ ਵੀ ਦਰਜ ਹੈਗੇ ਨੇ, ਸਾਰੇ ਆਰੋਪੀਆਂ ਦੇ ਨਹੀਂ, ਕੁਝ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ, ਇਹਨਾਂ ਦੇ ਰਿਮਾਂਡ ਲਵਾਂਗੇ, ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਾਂਗੇ ਅਤੇ ਵੱਧ ਤੋਂ ਵੱਧ ਹੋਰ ਰਿਕਵਰੀਆਂ ਕੀਤੀਆਂ ਜਾਣਗੀਆਂ। ਉਹਦੇ ਬਾਰੇ ਮੀਆਂ ਬੀਵੀ ਸੀ ਦੋਨੋਂ, ਉਹ ਆਪਸ ਵਿੱਚ ਝਗੜ ਪਏ, ਉਹ ਆਦਮੀ ਉਹਦਾ ਕੁਲਦੀਪ ਮਸੀਹ ਦਾ ਨਾਂ ਦਾ ਬੰਦਾ ਜੀ ਡੇਰੇ ਬਾਬੇ ਨਾਨਕ ਚੈਨੇਵਾਲ ਪਿੰਡ ਦਾ ਰਹਿਣ ਵਾਲਾ, ਇੱਥੇ ਲੜਕੀ ਬੁਟੀਕ ਦਾ ਕੰਮ ਕਰਦੀ ਸੀ ਆਪਣਾ, ਉਹਦੇ ਦੁਕਾਨ 'ਤੇ ਆ ਕੇ ਰਾਤ ਨੂੰ ਕੁੱਟਮਾਰ ਕੀਤੀ ਉਹਨੇ
ਕੈਂਚੀਆਂ ਨਾਲ ਕੁੱਟਿਆ, ਈਵਨ ਦੈਨ ਵੀ ਕਰੰਟ ਤੱਕ ਵੀ ਉਹਨੂੰ ਲਾਇਆ, ਕਾਫੀ ਮਦਹੋਸ਼ ਹਾਲਤ 'ਚ ਛੱਡ ਗਏ। ਉਹ ਜਦੋਂ ਪਤਾ ਲੱਗਾ, ਉਹਦੇ ਪਰਿਵਾਰਕ ਮੈਂਬਰਾਂ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਨੇ ਉੱਥੇ ਐਡਮਿਟ ਕਰਾਇਆ, ਉਹਦਾ ਇਲਾਜ ਹੋਇਆ। ਉਹ ਦੋਸ਼ੀ ਕਾਫੀ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀਗਾ ਜੀ, ਉਹ ਸਾਡੀਆਂ ਟੀਮਾਂ ਮਗਰ ਲੱਗੀਆਂ ਸੀ, ਉਹਨਾਂ ਨੂੰ ਅਸੀਂ ਅਰੈਸਟ ਉਹਨੂੰ ਕਰ ਲਿਆ ਅਤੇ ਉਹਦਾ ਰਿਮਾਂਡ ਲੈ ਕੇ ਅੱਗੇ ਹੋਰ ਪੁੱਛਗਿੱਛ ਕਰਾਂਗੇ। ਉਹਨਾਂ ਦਾ ਘਰੇਲੂ ਮਾਮਲਾ ਸੀਗਾ, ਲੜਕੀ ਵਿਆਹੀ ਸੀ ਚਾਟੀ ਪਿੰਡ ਤੋਂ, ਉਹ ਮੀਆਂ ਬੀਬੀ ਦਾ ਤਕਰਾਰ ਹੋ ਗਿਆ, ਉਹਦੇ ਭਰਾ ਆਏ ਅਤੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਅਤੇ ਫਾਇਰਿੰਗ ਵੀ, ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਘੇਰਨ ਲੱਗੇ, ਫਾਇਰਿੰਗ ਕਰਕੇ ਭੱਜ ਗਿਆ, ਗੋਲੀ ਚਲਾਈ ਆ, ਉਹਦੇ 'ਚ 8 'ਚੋਂ 4 ਬੰਦੇ ਗ੍ਰਿਫਤਾਰ ਕਰ ਲਏ। ਦੇਖੋ, ਇਹਨਾਂ ਦਾ ਰਿਮਾਂਡ ਲੈ ਕੇ ਪਹਿਲੀਆਂ ਚੋਰੀਆਂ ਵੀ ਟਰੇਸ ਕਰਾਂਗੇ, ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ, ਹਰ ਹਾਲਤ ਪਹਿਲੀਆਂ ਵੀ ਟਰੇਸ ਹੋਣਗੀਆਂ ਅਤੇ ਅਜਿਹੇ ਚੋਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਊਗਾ। ਸਾਡੇ ਚੋਰ ਖੜ੍ਹੇ ਆ ਟ੍ਰਾਂਸਫਰ ਕਰਨ ਵਾਲੇ,